ਤੇ ਮੈਂ ਵੈਸੇ ਹੈਰਾਨ ਹੋਈ ਸੀਗੀ ਕਿ ਤੁਸੀਂ ਘਰ ਬਣਾਉਣ ਲੱਗੇ ਕਿਤਾਬਾਂ ਪੜ੍ਹੀਆਂ ਸੀ ਹੈ ਕਿ ਘਰ ਕਿਵੇਂ ਬਣਾਉਣਾ ਚਾਹੀਦਾ ਤੇ ਤੁਸੀਂ 1984 ਚ ਇਹ ਮਕਾਨ ਬਣਾਉਣਾ ਸ਼ੁਰੂ ਕੀਤਾ ਸੀਗਾ ਬਹੁਤ ਅਰਸਾ ਹੋ ਗਿਆ ਲੰਮਾ ਅਰਸਾ ਨਾ ਤੁਹਾਡੇ ਘਰ ਦੀ ਤੇ ਮੇਰੀ ਉਮਰ ਇੱਕੋ ਜਿੰਨੀ ਆ ਅੱਛਾ ਤੇ ਸਰ ਵੈਸੇ ਤਾਂ ਆਪਾਂ ਇਹੀ ਸੋਚਦੇ ਹੁੰਨੇ ਆ ਕਿ ਜਦੋਂ ਜੇ ਆਪਣੇ ਕੋਲੇ ਗੁਜ਼ਾਰੇ ਜਿੰਨੇ ਪੈਸੇ ਨੇ ਤਾਂ ਲੋਕ ਕੀ ਕਹਿੰਦੇ ਹੁੰਦੇ ਆ ਕਿ ਛੱਤ ਜਿਹੜੀ ਸਿਰ ਟਕਣ ਯੋਗੀ ਬਣ ਜਾਵੇ ਹੈਨਾ ਜਦੋਂ ਥੋੜੇ ਜਿਹਾ ਵੱਧ ਪੈਸੇ ਹੋ ਜਾਂਦੇ ਆ ਤਾਂ ਉਹ ਕਹਿੰਦੇ ਹੁੰਦੇ ਆ ਵੀ ਫਿਰ ਥੋੜੀਆਂ ਜੀਆਂ ਸਹੂਲਤਾਂ ਵਾਲੀ ਬਣ ਜਾਵੇ ਫਿਰ ਆਪਾਂ ਕਹਿਣ ਲੱਗ ਜਾਂਦੇ ਆ ਕਿ ਹਰੇਕ ਕਮਰੇ ਨਾਲ ਜੁੜਿਆ ਹੋਇਆ ਇੱਕ ਬਾਥਰੂਮ ਹੋਣਾ ਚਾਹੀਦਾ ਫਿਰ ਜਦੋਂ ਥੋੜਾ ਜਿਹਾ ਆਪਾਂ ਦਿਖਾਵੇ 'ਚ ਪੈ ਜਾਂਦੇ ਆ ਤਾਂ ਲੋਕ ਕਹਿੰਦੇ ਆ ਇੱਕ ਡ्रेसਿੰਗ ਵੀ ਹੋਣਾ ਚਾਹੀਦਾ ਲੌਬੀ ਵੱਡੀ ਹੋਣੀ ਚਾਹੀਦੀ ਆ ਕਮਰੇ ਇੰਨੇ ਵੱਡੇ ਹੋਣੇ ਚਾਹੀਦੇ ਨੇ ਪਰ ਅਸਲੀ ਬੇਸਿਕ ਜ਼ਰੂਰਤ ਆ ਜਿਹੜੀ ਉਹ ਅਸੀਂ ਧਿਆਨ 'ਚ ਨਹੀਂ ਰੱਖਦੇ ਕਿ ਮੈਂ ਮੇਰੇ ਜਦੋਂ ਘਰੇ ਜਾਵਾਂ ਮੈਨੂੰ ਸਕੂਨ ਮਿਲੇ ਮੈਨੂੰ ਸੰਤੁਸ਼ਟੀ ਮਿਲੇ ਹਨਾ ਤੇ ਤੁਸੀਂ ਬਣਾਉਣ ਤੋਂ ਪਹਿਲਾਂ ਕੀ ਸੋਚਿਆ ਸੀ ਕਿ ਮੇਰੇ ਘਰ 'ਚ ਕਿਵੇਂ ਦੀ ਸਹੂਲਤ ਹੋਣੀ ਚਾਹੀਦੀ ਆ ਬੰਦਾ ਜਦੋਂ ਵੀ ਮਕਾਨ ਬਣਾਉਂਦਾ ਨਾ ਪਹਿਲਾਂ ਤਾਂ ਮਕਾਨ ਤੇ ਘਰ ਦੇ ਵਿੱਚ ਅੰਤਰ ਜਾਣਨ ਦੀ ਲੋੜ ਹੈ ਹਾਂਜੀ ਮਕਾਨ ਕਿਰਾਏ ਵਾਲਾ ਹੁੰਦਾ ਹੈ ਘਰ ਆਪਣਾ ਹੁੰਦਾ ਆਪਣਾ ਹੁੰਦਾ ਅੰਗਰੇਜ਼ੀ ਦੇ ਵਿੱਚ ਦੋ ਸ਼ਬਦ ਵਰਤੇ ਜਾਂਦੇ ਆ ਹਾਊਸ ਤੇ ਹੋਮ ਹਾਂਜੀ ਜੇ ਮੈਂ ਕਹਾ ਦਿਸ ਮਾਈ ਹੋਮ ਇਟਸ ਮਾਈ ਹੋਮ ਇਹਦਾ ਮਤਲਬ ਕਿ ਇਹ ਸਾਡਾ ਘਰ ਹੈ ਘਰ ਹੈ ਤੇ ਹਾ우스 ਲੀਡਰ ਹੁੰਦਾ ਉਹ ਕਿਰਾਏ ਦਾ ਹੁੰਦਾ ਹੈਗਾ ਜਿਹੜੇ ਅਸੀਂ ਮਾਲਕ ਨਹੀਂ ਹੁੰਦੇ ਪਰੰਤੂ ਉੱਥੇ ਰਹਿ ਰਹੇ ਹੁੰਦੇ ਹਾਂ ਹਾਂਜੀ ਜਦੋਂ ਵੀ ਕੋਈ ਬੰਦਾ ਮਕਾਨ ਬਣਾਉਂਦਾ ਹੈ ਨਾ ਇਹ ਆਮ ਤੌਰ ਤੇ ਪੁਰਸ਼ਾਂ ਦਾ ਕੰਮ ਹੈਗਾ ਪੁਰਸ਼ ਦਾ ਖੇਤਰ ਹੈ ਹੂੰ ਤੇ ਯੋਗਦਾਨ ਇਹਦੇ ਵਿੱਚ ਔਰਤ ਦਾ ਵੀ ਹੁੰਦਾ ਕਿਉਂਕਿ ਔਰਤ ਨੇ ਬਹੁਤਾ ਚਿਰ ਘਰ ਦੇ ਅੰਦਰ ਰਹਿਣਾ ਹੁੰਦਾ ਇਸ ਕਰਕੇ ਇਹ ਉਸ ਦੀ ਪਰਸਨੈਲਿਟੀ ਦੇ ਅਨੁਸਾਰ ਹੋਣਾ ਚਾਹੀਦਾ ਹੂੰ ਸੋ ਘਰ ਬਣਾਉਣ ਦਾ ਫੈਸਲਾ ਅਸਲ ਵਿੱਚ ਜਿਹੋ ਜਿਹੇ ਮਕਾਨ ਦੇ ਵਿੱਚ ਦਾ ਘਰ ਦੇ ਵਿੱਚ ਅਸੀਂ ਰਹਿ ਰਹੇ ਹੁੰਦੇ ਆ ਉਸ ਦੇ ਪ੍ਰਸੰਗ ਵਿੱਚ ਹੁੰਦਾ ਹੈ ਵੀ ਇਹਦੇ ਵਿੱਚ ਮੇਰੀਆਂ ਕੀ ਲੋੜਾਂ ਹਨ ਕੀ ਜ਼ਰੂਰਤਾਂ ਹਨ ਤੇ ਮੈਂ ਕਿਹੋ ਜਿਹਾ ਮਕਾਨ ਚਾਹੁੰਦਾ ਬਹੁਤ ਸਾਰੇ ਲੋਕ ਜਿਹੜੇ ਹਨ ਨਾ ਜਿੱਥੇ ਜਨਮ ਲੈਂਦੇ ਹਨ ਜਿਸ ਘਰ ਦੇ ਵਿੱਚ ਜਿਸ ਮਕਾਨ ਦੇ ਵਿੱਚ ਉਸੇ ਵਿੱਚ ਆਪਣੀ ਸਾਰੀ ਜ਼ਿੰਦਗੀ گزار ਦਿੰਦੇ ਹਨ ਹਾਂਜੀ ਜਿਹੜੇ ਸੋਚਣ ਵਾਲੇ ਲੋਕ ਹੁੰਦੇ ਹਨ ਜਾਂ ਜਿਨ੍ਹਾਂ ਦੀ ਕੋਈ ਆਪਣੀ ਪਸੰਦ ਹੁੰਦੀ ਹੈ ਉਹ ਆਪਣੀਆਂ ਲੋੜਾਂ ਅਨੁਸਾਰ ਆਪਣੀ ਪਸੰਦ ਅਨੁਸਾਰ ਕਾਰ ਬਣਾਉਂਦੇ ਹਨ ਕਾਰ ਬਣਾਉਣਾ ਕਹੀਦਾ ਹੈ ਕਾਰ ਜਿਹੜਾ ਹੈ ਤੁਹਾਡੇ ਪਰਸਨੈਲਿਟੀ ਦਾ ਪ੍ਰਗਟਾਵਾ ਹੁੰਦਾ ਹੈ ਮੈਂ ਆਪਣੇ ਪਿਤਾ ਦਾ ਕਾਰ ਲੈਂਦਾ ਸੀ ਉਹ ਮੇਰੇ ਪਿਤਾ ਦਾ ਕਾਰ ਸੀ ਉਹਦੇ ਵਿੱਚ ਮੇਰੇ ਪਿਤਾ ਦੀ ਪਰਸਨੈਲਿਟੀ ਜਿਹੜੀ ਸੀਗੀ ਉਹ ਰਿਫਲੈਕਟ ਹੁੰਦੀ ਸੀ ਮੇਰੀ ਪਰਸਨੈਲਿਟੀ ਜਾਂ ਮੇਰੀ ਸ਼ਖਸੀਅਤ ਜਿਹੜੀ ਸੀ ਉਥੇ ਰਿਫਲੈਕਟ ਨਹੀਂ ਸੀ ਹੁੰਦੀ ਮੇਰੀ ਸ਼ਖਸੀਅਤ ਉਥੇ ਹੀ ਰਿਫਲੈਕਟ ਹੋਏਗੀ ਜਿਹੜਾ ਮੈਂ ਆਪ ਉਸਾਰਾਂ ਕਰ ਉਸਾਰਨਾ ਜਿਹੜਾ ਨਾ ਸ਼ਬਦ ਇਹ ਬੜਾ ਮਹੱਤਵਪੂਰਨ ਹੈ ਅਸੀਂ ਜ਼ਿੰਦਗੀ ਦੇ ਵਿੱਚ ਉਸਾਰੀ ਵਿੱਚ ਹੀ ਲੱਗੇ ਰਹਿੰਦੇ ਹਾਂ ਪੜਾਈ ਕਰਨਾ ਵੀ ਉਸਾਰੀ ਕਰਨਾ ਹੈ ਮਕਾਨ ਉਸਾਰਨਾ ਵੀ ਉਸਾਰੀ ਕਰਨਾ ਹੈ ਪਰਿਵਾਰ ਜਿਹੜਾ ਹੈ ਉਸ ਦੀ ਪਰਵਰਿਸ਼ ਵੀ ਉਹ ਸਾਰੀ ਹੈ ਰੋਜ਼ਗਾਰ ਜਿਹੜਾ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਉਹਦੇ ਵਿੱਚ ਤਰੱਕੀ ਕਰਨਾ ਵੀ ਉਹ ਸਾਰੀ ਹੈ ਸੋ ਮਨੁੱਖ ਜਿਹੜਾ ਹੈ ਬੇਸਿਕਲੀ ਕੰਸਟਰਕਸ਼ਨ ਦੇ ਵਿੱਚ ਰਹਿੰਦਾ ਕੁਝ ਨਾ ਕੁਝ ਉਸਾਰਦਾ ਰਹਿੰਦਾ ਸੋਚ ਦਾ ਮਤਲਬ ਵੀ ਉਸਾਰਨਾ ਹੀ ਹੁੰਦਾ ਹੁੰਦਾ ਹੈ ਸੋਚਾਂ ਦੇ ਰਾਹੀਂ ਉਹ ਕੁਝ ਨਾ ਕੁਝ ਉਸਾਰਦਾ ਹੈ ਮੈਂ ਜ਼ਿੰਦਗੀ ਦੇ ਵਿੱਚ ਚਾਰ ਮਕਾਨ ਪਾਏ ਅੱਛਾ ਤੇ ਹਰ ਮਕਾਨ ਦੇ ਜਿਹੜੇ ਹੈ ਨਾ ਉਸ ਵੇਲੇ ਦੀਆਂ ਲੋੜਾਂ ਅਨਸਾਰ ਹੁੰਦਾ ਜਿਸ ਵੇਲੇ ਉਹ ਪਾਇਆ ਜਾਂਦਾ ਹੈ। ਹਾਂਜੀ। ਇੱਕ ਸੁਪਨਾ ਜ਼ਰੂਰ ਹੁੰਦਾ ਬੰਦੇ ਦੇ ਮਨ ਦੇ ਵਿੱਚ ਕਿ ਮੇਰਾ ਘਰ ਇਹੋ ਜਿਹਾ ਹੋਵੇ। ਇੰਜ ਮੈਂ ਜਦੋਂ ਘਰ ਪਾਇਆ ਮਕਾਨ ਬਣਾਇਆ ਤਾਂ ਉਸ ਵੇਲੇ ਮੈਂ ਕਿਉਂਕਿ ਯੂਨੀਵਰਸਿਟੀ ਵਿੱਚ ਸੀ ਯੂਨੀਵਰਸਿਟੀ ਦੇ ਵਿੱਚ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਇਸ ਦੇ ਬਾਰੇ ਜਿਹੜਾ ਹੈ। ਤੇ ਫਿਰ ਮੈਂ ਜਿਸ ਨੇ ਮੇਰਾ ਨਕਸ਼ਾ ਬਣਾਇਆ ਘਰ ਦਾ ਉਸ ਨੂੰ ਮਿਲਿਆ ਉਸ ਨਾਲ ਮਿਲ ਕੇ ਮੈਂ ਦੋ ਤਿੰਨ ਮੀਟਿੰਗਸ ਕੀਤੀਆਂ ਉਹ ਦੋਸਤ ਬਣ ਗਿਆ ਵੈਸੇ ਮੈਂ ਪਰਸਨਲੀ ਫੀਲ ਕਰਦਾ ਕਿ ਜਦੋਂ ਤੁਸੀਂ ਕਿਸੇ ਨੂੰ ਵਾਰ-ਵਾਰ ਮਿਲਣਾ ਹੋਵੇ ਨਾ ਉਸ ਨਾਲ ਥੋੜੇ ਜਿਹੇ ਸਬੰਧ ਉਸਾਰ ਲਓ ਕਹਿਣ ਤੋਂ ਪਾਵੈ ਉਸ ਨਾਲ ਕੇਵਲ ਵਪਾਰ ਦੀਆਂ ਗੱਲਾਂ ਜਾਂ ਪੈਸੇ ਦੀਆਂ ਗੱਲਾਂ ਜਾਂ ਗਾਹਕ ਤੇ ਮਾਲਕ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਉਸ ਨਾਲ ਹੋਰ ਗੱਲਾਂ ਵੀ ਕਰਨੀ ਚਾਹੀਦੀਆਂ ਮੈਨੂੰ ਯਾਦ ਹੈ ਇੱਕ ਦੁਕਾਨਦਾਰ ਸੀ ਉਸ ਨੂੰ ਇੱਕ ਮੇਰਾ ਵਾਕਫ ਸੀ ਉਹ ਆਪਣੇ ਪੁੱਤਰ ਦੇ ਬਰਾਤ ਵਿੱਚ ਲੈ ਕੇ ਗਿਆ। ਇਹ ਉਹ ਦੁਕਾਨਦਾਰ ਸੀ। ਉਸ ਤੋਂ ਉਹ oportunidades ਚੀਜ਼ਾਂ ਖਰੀਦਦਾ ਸੀ। ਤੇ ਮੈਂ ਉਸ ਨੂੰ ਪੁੱਛਿਆ ਵੀ ਤੂੰ ਉਸ ਨੂੰ opportunities ਦੁਕਾਨਦਾਰ ਨੂੰ ਜਿਹੜਾ ਹੈ ਨਾਲ ਲੈ ਕੇ ਜੰਨੇ ਬਰਾਤ। ਉਹ ਕਹਿੰਦਾ ਯਾਰ ਇਹ ਮੇਰਾ ਦੋਸਤ ਹੀ ਬਣ ਗਿਆ ਸੀ ਇਹਨੂੰ। ਹੂੰ। ਇਹ ਕੇਵਲ ਮੈਨੂੰ ਇਹ ਤਾਂ ਮੈਂ ਚੀਜ਼ਾਂ ਹੀ ਨਹੀਂ ਸੀ ਖਰੀਦਦਾ ਇਹ ਮੈਨੂੰ ਗਾਈਡ ਵੀ ਕਰਦਾ ਸੀ। ਇਹ ਮੈਨੂੰ ਦੱਸ ਦਿੰਦਾ ਹੁੰਦਾ ਸੀਗਾ ਕਿ ਇਹ ਚੀਜ਼ ਜਿਹੜੀ ਹੈ ਨਾ ਉਸ ਕੰਪਨੀ ਦੀ ਜੰਗ ਜਦ ਚੰਗੀ ਹੈ ਉਸ ਦੀ ਕੰਪਨੀ ਹੈ ਸੋ ਜਦੋਂ ਤੁਸੀਂ ਕਿਸੇ ਨੂੰ ਬਾਰ ਬਾਰ ਮਿਲਣਾ ਹੋਵੇ ਉਸ ਨਾਲ ਥੋੜੇ ਜਿਹੀ ਦੋਸਤੀ ਜਾਂ ਉਸ ਨਾਲ ਥੋੜਾ ਜਿਹਾ ਸਹੇਲ ਪਾਉਣਾ ਜਿਹੜਾ ਨਾ ਉਹ ਬਣਾ ਲਓ ਉਸ ਨਾਲ ਤੁਹਾਨੂੰ ਸੌਕ ਹੋਏਗੀ ਉਹ ਤੁਹਾਨੂੰ ਵੇਖ ਕੇ ਖੁਸ਼ ਹੋਏਗਾ ਤੁਸੀਂ ਉਸ ਨੂੰ ਮਿਲ ਕੇ ਖੁਸ਼ ਹੋਵੋਗੇ ਸੋ ਮੈਂ ਕਿਤਾਬਾਂ ਪੜ੍ਹੀਆਂ ਤੇ ਮੈਂ ਮੇਰੇ ਮਨ ਚ ਤਿੰਨ ਚਾਰ ਇਕ ਸ਼ਾਵਾਂ ਸੀ ਇੱਕ ਤਾਂ ਮੇਰਾ ਜਿਹੜਾ ਪਹਿਲਾ ਮਕਾਨ ਸੀ ਉਹ ਛੋਟਾ ਸੀ ਪਰੰਤੂ ਸਾਡੀਆਂ ਲੋੜਾਂ ਪੂਰੀਆਂ ਕਰਦਾ ਸੀ ਬੱਚੇ ਛੋਟੇ ਸੀ ਤੇ ਮੈਂ ਕਹਿੰਦਾ ਸੀਗਾ ਕਿ ਇਹਨਾਂ ਦੇ ਕਾਲਜ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਮਕਾਨ ਜਿਹੜਾ ਨਾ ਆਪਣਾ ਪਾ ਲਵਾਂ ਮਕਾਨ ਪਾਉਣ ਦੀ ਜਿਹੜੀ ਠੀਕ ਉਮਰ ਹੈ ਉਹ ਲਗਭਗ 45 ਸਾਲ ਹੈਗੀ ਹੈ 40 ਤੋਂ 45 ਸਾਲ ਦੀ ਉਮਰ ਦੇ ਵਿੱਚ ਜੇਕਰ ਤੁਸੀਂ ਮਕਾਨ ਪਾ ਲੈਨੇ ਹੋ ਤਾਂ ਤੁਸੀਂ ਠੀਕ ਵਕਤ ਤੇ ਮਕਾਨ ਪਾ ਰਹੇ ਹੋ ਰੋਜ਼ਗਾਰ ਦੀ ਵੀ ਉਮਰ ਹੁੰਦੀ ਹੈ ਵਿਆਹ ਦੀ ਵੀ ਉਮਰ ਹੁੰਦੀ ਹੈ ਸੋ ਹਰ ਚੀਜ਼ ਜਿਹੜੇ ਹੈ ਨਾ ਉਮਰ ਦੇ ਅਨੁਸਾਰ ਹੋਵੇ ਤਾਂ ਉਹ ਠੀਕ ਰਹਿੰਦਾ ਕੋਈ ਬੰਦਾ ਸੀ ਉਹਦਾ ਵਿਆਹ ਹੀ 45 ਸਾਲ ਦੀ ਉਮਰ ਚ ਹੋਇਆ ਉਸਦੇ ਦੋ ਤਿੰਨ ਬੱਚੇ ਸੀ ਤੇ ਉਹ ਜਦੋਂ ਰਿਟਾਇਰ ਹੋ ਗਿਆ ਤਾਂ ਉਹਦੇ ਕਿਸੇ ਬੱਚੇ ਦਾ ਜੇ ਵਿਆਹ ਨਹੀਂ ਸੀ ਹੋਇਆ ਪੜ ਹੀ ਰਹੇ ਸੀਗੇ ਤੇ ਪੋਤੇ ਤਾਂ ਸਕੂਲ ਚ ਪੜ ਰਹੇ ਸੀ ਦੋ ਸਕੂਲ ਚ ਪੜ ਰਹੇ ਸੀ ਇੱਕ ਕਾਲਜ ਚ ਪੜ ਰਿਹਾ ਸੀ ਸੋ ਜਦੋਂ ਉਹ ਆਪ ਰਿਟਾਇਰ ਹੋ ਗਿਆ ਰਿਟਾਇਰਡ ਬੰਦੇ ਦੀ ਸਮਾਜਿਕ ਵਰਤ ਜਿਹੜੀ ਹੈ ਸਮਾਜਿਕ ਕੀਮਤ ਜਿਹੜੀ ਉਹ ਘਟ ਜਾਂਦੀ ਹੈ ਜਦੋਂ ਤੁਸੀਂ ਕਿਸੇ ਅਹੁਦੇ ਤੇ ਲੱਗੇ ਹੁੰਦੇ ਹੋ ਤੁਹਾਡੀ ਜਾਣ ਪਛਾਣ ਹੁੰਦੀ ਆ ਉਸ ਦਾ ਤੁਹਾਨੂੰ ਲਾਭ ਹੁੰਦਾ ਹੈ ਉਸ ਨਾਲ ਤੁਹਾਨੂੰ ਰਿਸ਼ਤਾ ਜਿਹੜਾ ਹੈ ਨਾ ਉਹ ਵੱਖਰੀ ਕਿਸਮ ਦਾ ਆਉਂਦਾ ਮੈਨੂੰ ਯਾਦ ਆ ਇੱਕ ਚੀਫ ਇੰਜੀਨੀਅਰ ਸੀ ਉਸ ਦੀ ਲੜਕੀ ਦੀ ਮੈਰਿਜ ਹੋਣੀ ਸੀ ਆਪ ਉਹ ਰਿਟਾਇਰ ਹੋ ਗਿਆ ਤੇ ਉਸ ਨੂੰ ਜਿਹੜਾ ਰਿਸ਼ਤਾ ਆਉਂਦਾ ਸੀ ਤਾਂ ਉਹ ਐਸਡੀਓ ਦਾ ਹੀ ਆ ਸਕਦਾ ਸੀ ਤੇ ਉਹ ਐਸਡੀਓ ਦੇ ਰਿਸ਼ਤੇ ਨੂੰ ਸਮਝਦਾ ਹੀ ਕੁਝ ਨਹੀਂ ਸੀਗਾ ਤੇ ਮੈਂ ਉਸ ਨੂੰ ਕਿਹਾ ਭਾਈ ਜਾਨ ਇਸ ਉਮਰ ਦੇ ਵਿੱਚ ਇਸ ਹਾਲਤ ਦੇ ਵਿੱਚ ਤੁਸੀਂ ਉਹਨ ਰਿਟਾਇਰਡ ਬੰਦੇ ਹੈਗੇ ਤੁਹਾਨੂੰ ਇਹੋ ਜਿਹੇ ਰਿਸ਼ਤੇ ਆਉਣਗੇ ਸਿਆਣੇ ਬੰਦੇ ਜਿਹੜੇ ਉਹਨੇ ਨੇ ਇੱਕ ਐਵਰੇਜ ਦਾ ਪ੍ਰਿੰਸੀਪਲ ਹੈ ਹਾਂਜੀ ਔਸਟ ਦਾ ਪ੍ਰਿੰਸੀਪਲ ਜਦੋਂ ਕਿਸੇ ਲੜਕੀ ਦਾ ਵਿਆਹ ਹੋਣਾ ਹੁੰਦਾ ਹੈ ਨਾ ਉਸ ਨੂੰ ਕੁਝ ਰਿਸ਼ਤੇ ਆਉਂਦੇ ਹੈ ਜਿਹੜਾ ਤਾਂ ਸਿਆਣੇ ਮਾਪੇ ਹੁੰਦੇ ਆ ਉਹ ਜਾਣ ਜਾਂਦੇ ਆ ਕਿ ਸਾਡੀ ਲੜਕੀ ਦੀ ਸਮਾਜਿਕ ਕੀਮਤ ਕੀ ਹੈ ਛੇ ਸੱਤ ਰਿਸ਼ਤਿਆਂ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਜੇ ਉਹ ਲੜਕੀ ਬੀਏ ਬੀਐਡ ਹੈ ਤਾਂ ਉਸ ਨੂੰ ਕਿਸੇ ਸਕੂਲ ਟੀਚਰ ਦਾ ਰਿਸ਼ਤਾ ਆਏਗਾ ਕਿਸੇ ਕਾਲਜ ਦੇ ਲੈਕਚਰਰ ਦਾ ਰਿਸ਼ਤਾ ਆਏਗਾ ਕਿਸੇ ਬੈਂਕ ਦੇ ਐਮਪਲਾਈਜ਼ ਦਾ ਰਿਸ਼ਤਾ ਆਏਗਾ ਉਸ ਨੂੰ ਕਿਸੇ ਡਾਕਟਰ ਦਾ ਰਿਸ਼ਤਾ ਨਹੀਂ ਆਏਗਾ ਜੇ ਡਾਕਟਰ ਨਾਲ ਉਹ ਝੂਠ ਸੱਚ ਬੋਲ ਕੇ ਵਿਆਹ ਕਰ ਵੀ ਲੈਣ ਤਾਂ ਚੱਲੇਗਾ ਨਹੀਂ ਕਿਉਂਕਿ ਉਹ ਐਵਰੇਜ ਦਾ ਪ੍ਰਿੰਸੀਪਲ ਜਿਹੜਾ ਨਾ ਉਹਦੇ ਉਹਨਾਂ ਨੇ ਨਾ ਹੋ ਗਈ ਐ ਉਸ ਐਵਰੇਜ ਦੇ ਪ੍ਰਿੰਸੀਪਲ ਦੇ ਵਿੱਚ ਰਹੋਗੇ ਤਾਂ ਤੁਸੀਂ ਕਾਮਯਾਬ ਹੋਵੋਗੇ ਸੋ ਮੈਂ ਇੱਕ ਤਾਂ ਮੇਰੇ ਮਨ 'ਚ ਸੀ ਕਿ ਮਕਾਨ ਚੰਗੀ ਕਲੋਨੀ ਵਿੱਚ ਪਾਉਣਾ ਭਾਵੇਂ ਛੋਟਾ ਹੋਵੇ ਸੋ ਅਰਬਨ ਸਟੇਟ ਜਿਹੜੀ ਸੀ ਯੂਨੀਵਰਸਿਟੀ ਦੇ ਨਾਲ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜਿਹੜਾ ਮਕਾਨ ਪਾਇਆ ਬੜਾ ਆਲਿਸ਼ਾਨ ਮਕਾਨ ਹੈ ਜਾਂ ਮੈਂ ਬੜੀ ਵੱਢੀ ਮਾਰਕਾ ਮਾਰਿਆ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਵੀ ਹੋਰਾਂ ਵਰਗਾ ਮਕਾਨ ਹੀ ਪਾਇਆ ਕਾਰੀ ਹੀ ਬਣਾਇਆ ਹੈਗਾ ਮੈਂ ਉਸ ਆਰਕੀਟੈਕਟ ਨੂੰ ਇਹ ਕਿਹਾ ਕਿ ਮੈਂ ਉਹ ਜਿਹਾ ਘਰ ਚਾਹੁੰਦਾ ਜਿਹਦੇ ਅੰਦਰ ਰਹਿਣ ਨੂੰ ਮਨ ਕਰੇ ਮੈਂ ਤੇ ਮੇਰੀ ਪਤਨੀ ਅਸੀਂ ਦੋਵੇਂ ਯੂਨੀਵਰਸਿਟੀ ਪੜਾਉਂਦੇ ਸੀ ਸਾਡਾ ਬਹੁਤਾ ਕੰਮ ਜਿਹੜਾ ਹੈ ਘਰ ਰਹਿ ਕੇ ਪੜਨ ਦਾ ਤਿਆਰੀ ਕਰਨ ਦਾ ਹੁੰਦਾ ਹੈ ਵੀ ਘਰ ਇਹੋ ਜਿਹਾ ਹੋਵੇ ਜਿਸਦੇ ਅੰਦਰ ਰਹਿਣ ਨੂੰ ਮਨ ਕਰੇ ਪੁਰਾਣੇ ਮਕਾਨ ਦੇ ਵਿੱਚ ਘਰ ਛੋਟਾ ਸੀ ਪਰੰਤੂ ਮੇਰਾ ਆਪਣਾ ਇੱਕ ਛੋਟਾ ਜਿਹਾ ਕਮਰਾ ਸੀ ਉਸ ਕਮਰੇ ਦੇ ਵਿੱਚ ਮੈਂ ਬਹੁਤਾ ਚਿਰ ਰਹਿੰਦਾ ਸੀ ਉਥੇ ਹੀ ਪੜਦਾ ਸੀ ਉਥੇ ਹੀ ਸੌਂਦਾ ਵੀ ਉਥੇ ਹੀ ਸੀ ਤੇ ਸਾਰਾ ਕੁਝ ਮੇਰਾ ਉਸ ਕਮਰੇ ਦੇ ਵਿੱਚ ਹੁੰਦਾ ਸੀ ਤੇ ਇੱਕ ਵਰਜੀਨੀਆ ਵੁਲਫ ਨੇ ਇੱਕ ਕਿਤਾਬ ਵੀ ਲਿਖੀ ਸੀ ਆਪਣੇ ਕਮਰੇ ਬਾਰੇ ਉਹ ਵੀ ਮੇਰੇ ਮਨ 'ਚ ਸੀਗੀ ਮੈਂ ਜਦੋਂ ਐਵੇਂ ਕਰਦਾ ਸੀਗਾ ਉਹ ਮੈਂ ਕਿਤਾਬ ਪੜੀ ਸੀਗੀ ਤੇ ਉਦੋਂ ਮੇਰੇ ਮਨ 'ਚ ਸੀਗਾ ਕਿ ਹਰ ਘਰ ਦੇ ਜੀਵ ਦਾ ਆਪਣਾ ਇੱਕ ਕਮਰਾ ਹੋਣਾ ਚਾਹੀਦਾ ਸੋ ਇੱਥੇ ਅਸੀਂ ਮੇਰੇ ਤਿੰਨ ਬੱਚੇ ਐ ਤੇ ਮੈਂ ਹਾਂ ਮੇਰੀ ਪਤਨੀ ਐ ਮੈਂ 5 ਕਮਰਿਆਂ ਵਾਲਾ 5 ਬੈੱਡਰੂਮਸ ਵਾਲਾ ਘਰ ਬਣਾਇਆ ਤਾਂ ਕਿ ਹਰ ਕਿਸੇ ਦਾ ਆਪਣਾ ਇੱਕ ਕਮਰਾ ਹੋਵੇ। ਹਾਂਜੀ। ਸੋ ਇੱਕ ਤਾਂ ਮੇਰੇ ਮਨ ਵਿੱਚ ਇਹ ਸੀ ਮੈਂ ਉਸ ਨੂੰ ਕਿਹਾ ਕਿ ਘਰ ਉਹ ਹੋਣਾ ਚਾਹੀਦਾ ਹੈ ਜਿਹਦੇ ਅੰਦਰ ਰਹਿਣ ਨੂੰ ਮਨ ਕਰੇ। ਉਹਦਾ ਮਤਲਬ ਇਹ ਸੀ ਕਿ ਘਰ ਖੁੱਲ੍ਹਾ-ਦੁੱਲਾ ਹੋਣਾ ਚਾਹੀਦਾ ਹੈ। ਬਹੁਤੀਆਂ ਕੰਧਾਂ ਜਾਂ ਬਹੁਤੇ ਔਲੇ ਨਹੀਂ ਹੋਣੇ ਚਾਹੀਦੇ ਹੈਗੇ। ਬਈ ਮੈਂ ਕਹਿੰਦਾ ਜਿਹੜਾ ਮਹਿਮਾਨ ਤੁਹਾਡੇ ਘਰ ਆਉਂਦਾ ਹੈ ਨਾ ਉਹ ਕਿਸੇ ਇੱਕ ਬੰਦੇ ਦਾ ਮਹਿਮਾਨ ਨਹੀਂ ਹੋਣਾ ਚਾਹੀਦਾ ਉਹ ਸਾਰੇ ਘਰ ਦਾ ਮਹਿਮਾਨ ਹੋਣਾ ਚਾਹੀਦਾ ਹਾਂਜੀ ਉਹ ਜਦੋਂ ਆਉਂਦਾ ਉਸ ਨਾਲ ਤੁਹਾਡਾ ਰਿਸ਼ਤਾ ਬਣਨਾ ਚਾਹੀਦਾ ਹੈਗਾ ਬਹੁਤ ਸਾਰੇ ਡਾਕਟਰ ਵੀ ਬੜੇ ਚੰਗੇ ਡਾਕਟਰ ਹੁੰਦੇ ਆ ਮਰੀਜ਼ ਉਹਨਾਂ ਦੇ murid ਬਣ ਜਾਂਦੇ ਆ ਹਮ ਮਰੀਜ਼ ਤੋਂ murid ਬਣ ਜਾਂਦੇ ਹੈਗੇ ਕਿਉਂਕਿ ਉਹਨਾਂ ਦਾ ਸੁਭਾਅ ਇਸ ਕਿਸਮ ਦਾ ਹੁੰਦਾ ਹੈਗਾ ਬਿਲਕੁਲ ਇਵੇਂ ਹੀ ਅਧਿਆਪਕ ਹੁੰਦੇ ਹੈਗੇ ਉਹ ساری ਜ਼ਿੰਦਗੀ ਸਾਡੇ ਅਧਿਆਪਕ ਰਹਿੰਦੇ ਆ ساری ਜ਼ਿੰਦਗੀ ਉਹਨਾਂ ਦੇ ਨਾਲ ਸਾਡੇ ਸਬੰਧ ਰਹਿੰਦੇ ਸੋ ਦੂਜੀ ਗੱਲ ਕਿ ਹਰ ਇੱਕ ਦਾ ਆਪਣਾ ਕਮਰਾ ਹੋਵੇ ਇਹ ਕਮਰਾ ਮੈਂ ਬਣਵਾਇਆ ਹਰ ਕਿਸੇ ਦਾ ਉਸ ਦਾ ਮੈਨੂੰ ਜ਼ਿੰਦਗੀ ਵਿੱਚ ਬਹੁਤ ਵੱਡਾ ਫਾਇਦਾ ਹੋਇਆ ਮੈਂ ਆਪਣੇ ਕਮਰੇ ਦੇ ਵਿੱਚ ਰਹਿਣਾ ਆਪਣੇ ਕਮਰੇ ਦੇ ਵਿੱਚ ਕਰਦਾ ਕੰਮ ਕਰਦਾ ਪੜਦਾ ਲਿਖਦਾ ਵਗੈਰਾ ਮੇਰਾ ਦਿਲ ਉੱਥੇ ਲੱਗਦਾ ਇਹ ਗੱਲ ਮੈਨੂੰ ਕਿਵੇਂ ਸਮਝ ਆਈ ਆਇਨਸਟਾਈਨ ਸਾਇੰਸਟ ਹੋਇਆ ਵਿਗਿਆਨੀ ਹੋਇਆ ਇੱਕ ਵਾਰੀ ਉਹਦੇ ਪਤਨੀ ਨੇ ਕਿਹਾ ਵੀ ਤੁਸੀਂ ਹਰ ਵੇਲੇ ਆਪਣੇ ਲੈਬਾਰਟਰੀ 'ਚ ਹੀ ਰਹਿੰਦੇ ਹੋ ਕਿ ਆਪਾਂ ਕਦੇ ਘੁੰਮਣ ਫੇਰਨ ਨਹੀਂ ਗਏ ਕਦੀ ਤੇ ਕਹਿੰਦਾ ਤੂੰ ਪ੍ਰੋਗਰਾਮ ਬਣਾ ਲੈ ਆਪਾਂ ਚਲੇ ਚੱਲਾਂਗੇ ਹੂੰ ਤੇ ਉਹਦੀ ਵਾਈਫ ਨੇ ਉਹ ਪ੍ਰੋਗਰਾਮ ਬਣਾਇਆ ਤੇ ਉਹਨੇ ਪ੍ਰੋਗਰਾਮ ਤਾਂ ਬੜੇ ਬਣਾਏ ਪਰੰਤੂ ਉਹਨੇ ਆਇਨਸਟਾਈਨ ਨੇ ਕਿਹਾ ਸੀ ਕਿ ਇੱਕ ਦਿਨ ਦਾ ਪ੍ਰੋਗਰਾਮ ਬਣਾਈ ਤਾਂ ਕਿਹਾ ਸੀ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜੀਏ ਤੇ ਉਹਨੂੰ ਕੋਈ ਥਾਂ ਹੀ ਨਾ ਲੱਭੇ ਕਿਉਂਕਿ ਔਰਤਾਂ ਬਹੁਤਾ ਚਿਰ ਕਰ ਲੈਂਦੀਆਂ ਉਹਨਾਂ ਨੂੰ ਬਹੁਤੀਆਂ ਥਾਵਾਂ ਦਾ ਪਤਾ ਵੀ ਨਹੀਂ ਹੁੰਦਾ ਤੇ ਉਹ ਜਦੋਂ ਚਲੇ ਦਾ ਉਸਨੇ ਆਇਨਸਟਾਈਨ ਨੇ ਪੁੱਛਿਆ ਵੀ ਕਿੱਥੇ ਚੱਲੇ ਹੈ ਕਹਿੰਦੇ ਕਹਿੰਦਾ ਕਹਿੰਦੇ ਜਿਹੜੀ ਥਾਂ ਸਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਨਾ ਉੱਥੇ ਚੱਲੋ ਉਹ ਗਿਹੜਾ ਜਿਹਾ ਲਾ ਕੇ ਨਾ ਆਪਣੇ ਲੈਬਾਰਟਰੀ ਤੇ ਆ ਗਏ ਕਹਿੰਦਾ ਮੈਨੂੰ ਸਭ ਤੋਂ ਜ਼ਿਆਦਾ ਥਾਂ ਇਹ ਥਾਂ ਜਿਹੜੀ ਚੰਗੀ ਲੱਗਦੀ ਹੈਗੀ ਸੋ ਆਪਣੇ ਘਰ ਦਾ ਜਿਹੜਾ ਸੰਕਲਪ ਹੈ ਨਾ ਉਹ ਬੇਸਿਕਲੀ ਆਪਣੇ ਕਮਰੇ ਦਾ ਸੰਕਲਪ ਹੈ ਘਰ ਦੇ ਵਿੱਚ ਕਮਰੇ ਤਾਂ ਕਈ ਹੁੰਦੇ ਆ ਪਰੰਤੂ ਹਰ ਬੰਦਾ ਵਰਤਦਾ ਇੱਕ ਕਮਰਾ ਹੀ ਹੈ ਤੁਸੀਂ ਕਰੇ ਧਿਆਨ ਨਹੀਂ ਦਿੱਤਾ ਹੋਣਾ ਜਿਸ ਕੁਰਸੀ ਤੇ ਬਹਿ ਕੇ ਕੋਈ ਬੰਦਾ ਖਾਣਾ ਖਾਂਦਾ ਨਾ ਹਰ ਵਾਰੀ ਉਸ ਕੁਰਸੀ ਤੇ ਹੀ ਬੈਠ ਕੇ ਖਾਏਗਾ ਉਸ ਦੀ ਉਸ ਕੁਰਸੀ ਦੇ ਨਾਲ ਇੱਕ ਸਾਂਝ ਬਣ ਜਾਂਦੀ ਹੈ ਹਾਂਜੀ ਇੱਕ ਵਾਰੀ ਮੇਰੀ ਲੱਤ ਟੁੱਟ ਗਈ ਲੱਤ ਟੁੱਟ ਗਈ ਤੇ ਉਹ ਡਾਕਟਰ ਨੇ ਐਕਸ-ਰੇ ਕਰਾਉਣ ਵਾਸਤੇ ਮੈਨੂੰ ਕਿਹਾ ਜਿਹੜੇ ਹਸਪਤਾਲ ਦੇ ਬੰਦੇ ਸੀਗੇ ਉਹ ਮੈਨੂੰ ਐਕਸ-ਰੇ ਕਰਾਉਣ ਵਾਸਤੇ ਹਸਪਤਾਲ ਦੇ ਅੰਦਰ ਹੀ ਹੋਣਾ ਸੀ ਐਕਸ-ਰੇ ਵੀ ਉਹ ਉੱਥੋਂ ਲੈ ਗਏ ਤੇ ਮੈਨੂੰ ਅੱਧਾ ਪੌਣਾ ਘੰਟਾ ਉਸ ਸਟ੍ਰਕਚਰ ਤੇ ਰਹਿਣਾ ਪਿਆ ਤੇ ਪਰ ਮੇਰਾ ਉਥੇ ਮਨ ਕਰਦਾ ਸੀ ਮੈਨੂੰ ਮੇਰੇ ਕਮਰੇ 'ਚ ਲੈ ਕੇ ਲਾਣਾ ਵੀ ਮੇਰੇ ਕਮਰੇ 'ਚ ਮੈਨੂੰ ਲੈ ਚੱਲਣਾ ਮਤਲਬ ਉਥੇ ਵੀ ਮੈਂ ਘਰ ਦਾ ਸੰਕਲਪ ਪੈਦਾ ਕਰ ਲਿਆ ਵੀ ਇਹ ਕਮਰਾ ਜਿਹੜਾ ਨਾ ਇਹ ਮੇਰਾ ਕਮਰਾ ਹੈਗਾ ਸੋ ਇਸ ਤਰ੍ਹਾਂ ਬੰਦਾ ਜਿੱਥੇ ਵੀ ਜਾਂਦਾ ਹੈ ਨਾ ਉਥੇ ਇੱਕ ਆਪਣੱਤ ਪੈਦਾ ਕਰ ਲੈਂਦਾ ਆਲੇ ਦੁਆਲੇ ਦੇ ਪਰਿਵਾਰਾਂ ਦੇ ਨਾਲ ਆਲੇ ਦੁਆਲੇ ਦੇ ਜਿਹੜੀਆਂ ਥਾਵਾਂ ਹੁੰਦੀਆਂ ਉਹਨਾਂ ਦੇ ਨਾਲ ਉਹ ਦੂਜੀ ਗੱਲ ਐਸੀ ਕਿ ਹਰ ਕਿਸੇ ਦਾ ਆਪਣਾ ਕਮਰਾ ਹੋਵੇ ਤੇ ਤੀਜੀ ਗੱਲ ਐਸੀ ਕਿ ਘਰ ਖੁੱਲਾ ਡੁੱਲਾ ਹੋਵੇ ਬਹੁਤੀਆਂ ਕੰਧਾਂ ਨਾ ਹੋਣ ਇਸ ਕਰਕੇ ਮੇਰਾ ਪਲਾਟ ਵੱਡਾ ਸੀਗਾ ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਨਾ ਉਹ ਪੂਰੀਆਂ ਹੋ ਗਈਆਂ